ਪੰਜਾਬ ਦੇ ਦੁਆਬੇ ਖੇਤਰ ਦਾ ਸਭ ਤੋਂ ਮਹੱਤਵਪੂਰਨ ਲੋਕ ਸਭਾ ਹਲਕਾ ਜਲੰਧਰ ਇਸ ਸਮੇਂ ਸੁਰਖੀਆਂ ਦੇ ਵਿੱਚ ਹੈ। ਇੱਥੇ ਪ੍ਰਮੁੱਖ ਲੜਾਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੁੰਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਇੱਥੇ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਪਵਨ ਕੁਮਾਰ ਟੀਨੂ ਪਹਿਲਾਂ ਅਕਾਲੀ ਦਲ ਦੇ ਵਿੱਚ ਇੱਕ ਸਰਗਰਮ ਮੈਂਬਰ ਸੀਗੇ ਅਤੇ ਉੱਥੋਂ ਉਹ ਵਿਧਾਇਕ ਵੀ ਚੁਣੇ ਗਏ ਸੀਗੇ। ਇਸੇ ਤਰੀਕੇ ਦੇ ਨਾਲ ਦੂਜੇ ਪਾਸੇ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਭੇਜਿਆ ਅਤੇ ਇਸ ਦੇ ਨਾਲ ਨਾਲ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਅਤੇ ਭਾਰਤੀ ਜਨਤਾ ਪਾਰਟੀ ਨੇ ਸੁਸ਼ੀਲ ਰਿੰਕ ਨੂੰ ਚੋਣ ਮੈਦਾਨ ਵਿੱਚ ਭੇਜਿਆ। ਇਸ ਸਮੇਂ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਜਲੰਧਰ ਸੀਟ ਨੂੰ ਜਿੱਤਿਆ ਜਾਵੇ ਅਤੇ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਇਹਨਾਂ ਚੋਣਾਂ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਨਹੀਂ ਉਛਾਲੇ ਗਏ ਅਤੇ ਸਾਰੀਆਂ ਹੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰਦੀਆਂ ਨਜ਼ਰ ਆ ਰਹੀਆਂ ਨੇ ਅਤੇ ਇਸ ਸੰਬੰਧ ਵਿੱਚ ਤੁਹਾਨੂੰ ਪਤਾ ਹੀ ਹੈ ਕਿ 1 ਤਰੀਕ ਨੂੰ ਵੋਟਾਂ ਪੈਣੀਆਂ ਨੇ, 4 ਤਰੀਕ ਨੂੰ ਨਤੀਜੇ ਸਾਹਮਣੇ ਆਉਣਗੇ। ਉਦੋਂ ਪਤਾ ਲੱਗੇਗਾ ਕਿ ਆਖਰ ਦੇ ਵਿੱਚ ਇਹ ਜਿਹੜੀਆਂ ਪਾਰਟੀਆਂ ਨੇ ਇਹਨਾਂ ਵੱਲੋਂ ਜਿਹੜੇ ਦਾਅਵੇ ਕੀਤੇ ਗਏ, ਜਿਹੜੇ ਵਾਅਦੇ ਕੀਤੇ ਗਏ ਲੋਕਾਂ ਨੇ ਉਹਨਾਂ ਨੂੰ ਕਿੰਨਾ ਕੁ ਸਵੀਕਾਰ ਕੀਤਾ ਹੈ। ਇਸ ਸੰਬੰਧ ਵਿੱਚ ਅਸੀਂ ਗਰਾਊਂਡ ਰਿਪੋਰਟ ਤਿਆਰ ਕੀਤੀ ਹੈ ਅਤੇ ਸਾਡੇ ਸੀਨੀਅਰ ਪੱਤਰਕਾਰ ਵਰਿੰਦਰ ਸ਼ਰਮਾ ਜੀ ਨੇ ਇਸ ਸੰਬੰਧ ਵਿੱਚ ਲੋਕਾਂ ਤੋਂ ਗੱਲਬਾਤ ਕਰਕੇ ਪੁੱਛਿਆ ਕਿ ਉਹ ਆਖਿਰਕਾਰ ਕਿਸ ਨੂੰ ਵੋਟ ਪਾ ਰਹੇ ਨੇ ਅਤੇ ਕਿਹੜੇ ਕਿਹੜੇ ਉਮੀਦਵਾਰ ਇਸ ਸਮੇਂ ਜਿੱਤਣ ਦੀ ਰੇਸ ਵਿੱਚ ਅੱਗੇ ਹੈ ਅਤੇ ਇਹ ਜੋ ਗੱਲਬਾਤ ਹੈ ਤੁਸੀਂ ਜ਼ਰਾ ਇਸ ਨੂੰ ਗੌਰ ਨਾਲ ਸੁਣੋ ਅਤੇ ਤੁਹਾਨੂੰ ਪਤਾ ਲੱਗੂਗਾ ਕਿ ਆਖਿਰਕਾਰ ਲੋਕ ਕੀ ਚਾਹੁੰਦੇ ਨੇ ਅਤੇ ਲੋਕਾਂ ਵੱਲੋਂ ਉਮੀਦਵਾਰਾਂ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸਵਾਗਤ ਹੈ ਜੀ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਇਸ ਸਮੇਂ ਜਲੰਧਰ ਲੋਕ ਸਭਾ ਹਲਕੇ ਦੇ? ਗੱਲ ਇਹ ਹੈ ਦਰਸ਼ਨ ਸਿੰਘ ਜੀ ਕਿ ਬਹੁਤ ਨੇੜੇ ਆ ਗਿਆ ਇਲੈਕਸ਼ਨ, ਹੁਣ ਤਾਂ ਬਸ ਅੱਜ ਦਾ ਤੇ ਕੱਲ ਸ਼ਾਮ 5 ਵਜੇ ਤੱਕ ਹੀ ਪ੍ਰਚਾਰ ਹੈ। ਪਰ ਇੱਕ ਗੱਲ ਇਹ ਹੈ ਕਿ ਮੈਂ ਜ਼ਿੰਦਗੀ ਹੋ ਗਈ ਸਾਰੀ ਪ੍ਰਚਾਰ ਦੇਖਦੇ ਹਾਂ, ਇਲੈਕਸ਼ਨ ਦੇਖਦੇ ਹਾਂ, ਪਰ ਜਿੰਨਾ ਰੌਲਾ ਅੱਗੇ ਹੁੰਦਾ ਸੀ ਐਤਕੀ ਓਨਾ ਰੌਲਾ ਕਿਸੇ ਪਾਸਿਓਂ ਨਹੀਂ ਹੈਗਾ ਜੀ। ਅੱਛਾ, ਜੇ ਉਹਨੂੰ ਧਿਆਨ ਨਾਲ ਦੇਖੀਏ, ਜੇ ਕੈਂਡੀਡੇਟ ਦੀ ਗੱਲ ਕਰੀਏ ਤੇ ਕੈਂਡੀਡੇਟ ਸਾਰੇ ਹੀ ਜ਼ੋਰ ਲਾਉਂਦੇ ਪਏ ਨੇ। ਆਮ ਤੌਰ ਤੇ ਲੋਕ ਇਹ ਸਮਝਦੇ ਸੀ ਕਿ ਅਕਾਲੀ ਦਲ ਨੂੰ ਤਾਂ ਵੋਟਾਂ ਨਹੀਂ ਕੋ ਪੈਣੀਆਂ, ਮਹਿੰਦਰ ਸਿੰਘ ਕੇਪੀ ਨੇ ਬੜੀ ਗਲਤੀ ਕੀਤੀ ਹੈ। ਪਰ ਗਰਾਊਂਡ ਤੇ ਮੈਂ ਇਹ ਦੇਖ ਰਿਹਾ ਕਿ ਮਹਿੰਦਰ ਸਿੰਘ ਕੇਪੀ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਐਤਕੀ ਜ਼ੋਰ ਲਾ ਰਿਹਾ। ਜਦੋਂ ਉਹਨੇ ਪਹਿਲੇ ਚਿੱਠਾ ਮਿਲਦੀਆਂ ਸੀਗੀਆਂ ਕਾਂਗਰਸ ਵੱਲੋਂ, ਉਦੋਂ ਇੰਨਾ ਜ਼ੋਰ ਨਹੀਂ ਸੀ ਲਾਉਂਦਾ ਜਿੰਨਾ ਅਕਾਲੀ ਦਲ ਵੱਲੋਂ ਇਸ ਵੇਲੇ ਜ਼ੋਰ ਲਾ ਰਿਹਾ। ਉਹ ਇਲੈਕਸ਼ਨ ਲੜਦੇ ਹੋਏ ਡੋਰ ਟੂ ਡੋਰ ਜਾਣਾ, ਛੋਟੀਆਂ ਛੋਟੀਆਂ ਮੀਟਿੰਗਾਂ ਕਰਨੀਆਂ, ਨੁੱਕੜ ਬੈਠਕਾਂ ਕਰਨੀਆਂ, ਸਭ ਬੜੇ ਜ਼ੋਰ ਨਾਲ ਲੱਗਾ ਹੋਇਆ। ਹਾਲਾਂਕਿ ਇਹ ਸਭ ਦੀ ਜ਼ੁਬਾਨ ਤੇ ਹੈ ਕਿ ਮਹਿੰਦਰ ਕੇਪੀ ਨੇ ਜਿੱਤਣਾ ਤਾਂ ਨਹੀਂ ਜੀ। ਅੱਛਾ, ਫੇਰ ਜੇ ਦੂਜੇ ਪਾਸੇ ਅਸੀਂ ਗੱਲ ਕਰੀਏ PSP ਦੇ ਕੈਂਡੀਡੇਟ ਦੀ, ਬਲਵਿੰਦਰ ਉਹਨਾਂ ਦੀ, ਬਲਵਿੰਦਰ ਨੇ ਪਹਿਲੇ ਵੀ 2 ਲੱਖ ਵੋਟ ਲੈ ਲਈ ਸੀਗੀ ਤੇ ਹੁਣ ਵੀ ਉਹ ਪੂਰਾ ਜ਼ੋਰ ਲਗਾ ਰਹੇ ਨੇ ਕਿ ਮੈਂ ਕਮ ਸੇ ਕਮ ਇੱਕ ਰੇਸ ਜ਼ਰੂਰ ਆ ਜਾਵਾਂ। ਹਾਲਾਂਕਿ BSP ਜਿੱਤੇਗੀ ਇਹ ਵੀ ਨਹੀਂ, ਸਾਰਿਆਂ ਨੂੰ ਪਤਾ ਕਿ BSP ਨੇ ਜਿੱਤਣਾ ਨਹੀਂ, ਪਰ ਉਹ ਵੀ ਪੂਰਾ ਜ਼ੋਰ ਲਾਉਂਦਾ ਪਿਆ। ਜਲਸੇ ਘੱਟ ਨੇ ਪਰ ਲੋਕਾਂ ਨੂੰ ਸਿੱਧਾ ਸੰਪਰਕ ਕਰਨਾ, ਆਪਣੇ ਵੋਟ ਬੈਂਕ ਕੋਲ ਜਾਣਾ,
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਉਹ BSP ਦਾ ਕੈਂਡੀਡੇਟ ਵੀ ਕਰਦਾ ਪਿਆ। ਜਿੱਥੋਂ ਤੱਕ ਸੁਸ਼ੀਲ ਰਿੰਕੂ ਦੀ ਗੱਲ ਹੈ, ਸੁਸ਼ੀਲ ਰਿੰਕੂ ਨੂੰ ਇਹ ਪਤਾ ਹੈ ਕਿ ਮੇਰੇ ਨਾਂ ਤੇ ਵੋਟਾਂ ਨਹੀਂ ਪੈਣੀਆਂ, ਇਸ ਕਰਕੇ ਸੁਸ਼ੀਲ ਰਿੰਕੂ ਦੇ ਜੇ ਬੋਰਡ ਬੈਨਰ ਵੀ ਦੇਖੀਏ ਨਾ ਤੇ ਉੱਤੇ ਲਿਖਿਆ ਹੋਇਆ ਜਲੰਧਰ ਦੀ ਤਰੱਕੀ ਵਾਸਤੇ ਵੋਟ ਮੋਦੀ ਨੂੰ ਪਾਓ, ਯਾਨੀ ਮੋਦੀ ਦੇ ਨਾਂ ਤੇ ਵੋਟ ਮੰਗ ਰਿਹਾ, ਉਹ ਆਪਣੇ ਨਾਂ ਤੇ ਵੋਟ ਨਹੀਂ ਮੰਗਦਾ ਪਿਆ। ਇਹ ਉਹਨੂੰ ਪਤਾ ਕਿ ਮੈਂ ਜਿੱਤਣਾ ਵੀ ਨਹੀਂ ਹੈਗਾ ਤੇ ਇਹ ਵੀ ਉਹਨੂੰ ਪਤਾ ਕਿ ਮੇਰੇ ਨਾਂ ਤੇ ਵੋਟ ਨਹੀਂ ਪੈਣੀ, ਕਿਉਂਕਿ ਇੱਕ ਸਾਲ ਦੇ ਵਿੱਚ ਹੀ ਤੀਜੀ ਪਾਰਟੀ ਬਦਲ ਲਈ, ਪਹਿਲੇ ਕਾਂਗਰਸ ਚੋਂ ਆਮ ਆਦਮੀ ਪਾਰਟੀ, ਫਿਰ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਦੇ ਬਾਵਜੂਦ BJP ਜਾਣਾ। ਲੋਕ ਇਹ ਸਮਝਦੇ ਨੇ ਕਿ ਉਹਦੇ ਮਨ ਚ ਹੈ ਕਿ ਇਸ ਤੋਂ ਬਾਅਦ ਜਦੋਂ ਹੁਣ ਅਗਲਾ 27 ਦਾ ਵਿਧਾਨ ਸਭਾ ਦਾ ਇਲੈਕਸ਼ਨ ਹੋਣਾ, ਉਦੋਂ ਰਿੰਕੂ ਦੇ ਮਨ ਚ ਹੈ ਕਿ ਅਕਾਲੀ ਤੇ BJP ਨੇ ਇਕੱਠੇ ਹੋ ਜਾਣਾ ਤੇ ਉਦੋਂ ਮੈਂ ਆਪਣੇ ਹਲਕੇ ਤੋਂ ਜਲੰਧਰ ਵੈਸਟ ਤੋਂ ਮੈਨੂੰ ਫਿਰ BJP MLA ਦੀ ਟਿਕਟ ਦੇਗੀ ਤੇ ਉਥੋਂ ਜਿੱਤ ਕੇ ਤੇ ਮੈਂ ਅੱਗੇ ਤਰੱਕੀ ਕਰਾਂਗਾ। ਜਿਹੜਾ ਟਾਰਗੇਟ ਹੈਗਾ ਸੁਸ਼ੀਲ ਰਿੰਕੂ ਦਾ ਉਹ ਇਹ ਹੈਗਾ। ਫਿਰ ਅਸੀਂ ਅੱਗੇ ਆ ਜਾਈਏ, ਹੁਣ ਮੁਕਾਬਲਾ ਫਿਰ ਆ ਜਾਂਦਾ ਬਹੁਤਾ ਕਾਂਗਰਸ ਦੇ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਤੇ ਤੀਨੂੰ ਪਵਨ ਤੀਨੂੰ ਜਿਹੜੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵਿੱਚ ਮੁਕਾਬਲਾ। ਆਮ ਜਨਤਾ ਦੀ ਗੱਲ ਸੁਣੋ ਤੇ ਬਹੁਤੇ ਲੋਕ ਇਹ ਕਹਿੰਦੇ ਨੇ ਕਿ ਮੁਕਾਬਲਾ ਇਹਨਾਂ ਦੋਨਾਂ ਚ ਹੈ। ਔਰ ਅੱਜ ਤੋਂ ਹਫਤਾ ਪਹਿਲਾਂ ਤਾਂ ਬਹੁਤੇ ਲੋਕ ਇਹੀ ਕਹਿੰਦੇ ਸੀ ਕਿ ਚੰਨੀ ਜਿੱਤਿਆ ਪਿਆ, ਚੰਨੀ ਜਿੱਤਿਆ ਪਿਆ। ਪਰ ਜੇ ਅੱਜ ਦੀ ਪੋਜੀਸ਼ਨ ਦੇਖੀਏ ਤੇ ਪਿਛਲੇ 4 ਦਿਨ ਪਹਿਲਾਂ ਥੋੜਾ ਜਿਹਾ ਮੁਕਾਬਲਾ ਬਰਾਬਰ ਵੀ ਲੱਗਣ ਲੱਗ ਪਿਆ ਸੀ, ਪਰ ਜਿਹੜੀ ਆ ਹੁਣ ਬਲਕਾਰ ਸਿੰਘ ਉਹਨਾਂ ਦੀ ਆ ਗਈ ਹੈ ਵੀਡੀਓ, ਇਹਨੇ ਥੋੜਾ ਜਿਹਾ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ। ਕਾਰਨ ਇਹ ਹੈ ਕਿ ਜੇ ਅਸੀਂ ਪਿਛਲਾ ਜਿਹੜਾ ਰਿੰਕੂ ਵਾਲਾ ਇਲੈਕਸ਼ਨ ਸੀ ਨਾ ਉਹਨੂੰ ਦੇਖੀਏ ਤੇ ਰਿੰਕੂ ਨੂੰ ਸਭ ਤੋਂ ਵੱਧ ਜਿਹੜੀ ਲੀਡ ਮਿਲੀ ਸੀ ਉਹ ਕਰਤਾਰਪੁਰ ਹਲਕੇ ਚੋਂ ਮਿਲੀ ਸੀ, ਜਿਹਨੂੰ ਬਲਕਾਰ ਸਿੰਘ ਹਰੀ ਰਿਪ੍ਰੈਜੈਂਟ ਕਰਦੇ ਨੇ। ਹੁਣ ਉਹ ਹਲਕਾ ਕਮਜ਼ੋਰ ਹੋ ਗਿਆ, ਬਲਕਾਰ ਸਿੰਘ ਦਾ ਹੁਣ ਆਪਣੇ ਹਲਕੇ ਚ ਜਾਣਾ ਹੀ ਔਖਾ ਲੱਗਦਾ ਪਿਆ, ਮੁਸ਼ਕਲ ਆ ਰਹੀ ਹੈ, ਪਰੇਸ਼ਾਨੀ ਆ ਰਹੀ ਹੈ। ਜਿੱਥੇ ਜਾ ਕੇ ਖੜੇ ਹੋ ਜਾਣ ਲੋਕੀ ਸਵਾਲ ਕਰਦੇ ਨੇ, ਉਹ ਵੀਡੀਓ ਕੀ ਹੈ ਜੀ, ਉਹ ਵਿਚਾਰਾ ਨੋ ਕਮੈਂਟ ਕਹਿ ਦਿੰਦਾ, ਨੋ ਕਮੈਂਟ ਕਹਿ ਕੇ ਅੱਗੇ ਨਿਕਲ ਜਾਂਦਾ। ਉਹਦੇ ਵਿੱਚ ਵਿਚਾਰੇ ਵਾਲੀ ਤਾਂ ਕੋਈ ਗੱਲ ਨੀ ਹੈ ਸ਼ਰਮਾ ਜੀ, ਮੇਰਾ ਮਤਲਬ ਵਿਚਾਰਾ ਤਾਂ ਹੋ ਗਿਆ ਨਾ ਜੀ, ਜੇ ਉਹਦਾ ਪੋਲੀਟੀਕਲ ਕੈਰੀਅਰ ਹੀ ਖਤਮ ਹੋ ਗਿਆ ਤੇ ਉਹਦਾ ਮੈਂ ਉਸ ਹਿਸਾਬ ਨਾਲ ਵਿਚਾਰਾ ਕਹਿੰਦਾ, ਪੋਲੀਟੀਕਲ ਕੈਰੀਅਰ ਹੀ ਜੇ ਖਤਮ ਹੋ ਗਿਆ ਜਿਹਦਾ, ਉਹ ਵਿਚਾਰਾ ਹੀ ਹੈ ਨਾ। ਇਸ ਕਰਕੇ ਉਹ ਹੁਣ ਉਥੋਂ ਕਰਤਾਰਪੁਰ ਤੋਂ ਜਿੰਨੀ ਸਭ ਤੋਂ ਵੱਧ ਲੀਡ ਜਿਹੜੀ ਮਿਲੀ ਸੀ ਆਮ ਆਦਮੀ ਪਾਰਟੀ ਨੂੰ ਪਿਛਲੇ ਸਾਲ ਰਿੰਕੂ ਵੇਲੇ, ਉਹ ਮੈਨੂੰ ਹੁਣ ਇਹ ਲੱਗਦਾ ਕਿ ਕਿਤੇ ਉਹ ਘਾਟੇ ਚ ਨਾ ਚਲਾ ਜਾਵੇ ਉੱਥੇ, ਕਿਉਂਕਿ ਉੱਥੇ ਦੋ ਬੰਦੇ ਹਲਕਾ ਇੰਚਾਰਜ ਬਣੇ ਹੋਏ ਨੇ, ਇੱਕ ਚੌਧਰੀ ਸੁਰਿੰਦਰ ਜਿਹੜਾ ਉੱਥੋਂ MLA ਰਿਹਾ, ਮਾਸਟਰ ਗੁਰਵੰਤਾ ਸਿੰਘ ਦਾ ਪੋਤਾ ਉਹ ਵੀ ਹੈਗਾ, ਤੇ ਇੱਕ ਰਿਟਾਇਰਡ ਸਾਡੇ ਪੁਲਿਸ ਅਫਸਰ ਰਜਿੰਦਰ ਸਿੰਘ SSP ਜਿਹੜੇ ਉਹ ਵੀ ਆਮ ਆਦਮੀ ਕਾਂਗਰਸ ਦਾ ਕੰਮ ਕਰ ਰਹੇ ਨੇ। ਉੱਥੇ ਉਲਟਾ ਕਾਂਗਰਸ ਦੇ ਦੋ ਬੰਦੇ ਲੱਗੇ ਹੋਏ ਨੇ ਜ਼ੋਰ ਸ਼ੋਰ ਦੇ ਨਾਲ, ਤੋਂ ਮੈਨੂੰ ਲੱਗਦਾ ਕਿ ਜੇ ਕਰਤਾਰਪੁਰ ਦੀ ਵੋਟ ਘੱਟ ਗਈ ਤੇ ਉਹਦੇ ਨਾਲ ਚੰਨੀ ਨੂੰ ਜ਼ਿਆਦਾ ਫਾਇਦਾ ਹੋ ਜਾਣਾ। ਸੋ ਇਹਨਾਂ ਸਾਰੇ ਹਾਲਾਤ ਦੇ ਵਿੱਚ ਮੈਨੂੰ ਇਦਾਂ ਲੱਗਦਾ ਕਿ ਅਪਰ ਹੈਂਡ ਜਲੰਧਰ ਤੋਂ ਅਜੇ ਵੀ ਕਾਂਗਰਸ ਦੇ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਦਾ ਹੈਗਾ। ਬਸ ਇੱਕ ਮੈਨੂੰ ਸ਼ਰਮਾ ਜੀ ਹੋਰ ਦੱਸਿਓ ਜੀ, ਜਿਸ ਤਰੀਕੇ ਨਾਲ ਹੁਣ ਬਲਕਾਰ ਸਿੰਘ ਦੀ ਵੀਡੀਓ ਸਾਹਮਣੇ ਆ ਗਈ ਹੈ, ਇਸ ਤੋਂ ਪਹਿਲਾਂ ਕਟਾਰੀ ਚੱਕ ਦੀ ਜਿਹੜੀ ਵੀਡੀਓ ਸਾਹਮਣੇ ਆਈ ਸੀਗੀ, ਤਾਂ ਜਦੋਂ ਅਸੀਂ ਕੱਲੀ ਆਪਾਂ ਜਲੰਧਰ ਦੀ ਗੱਲ ਛੱਡੀਏ, ਤਾਂ ਜਦੋਂ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜੇ ਆਦਰਸ਼ ਲੈ ਕੇ
ਪੰਜਾਬ ਦੇ ਵਿੱਚ ਆਈ ਸੀ, ਪੂਰੇ ਹਿੰਦੁਸਤਾਨ ਦੇ ਵਿੱਚ ਆਦਰਸ਼ ਲੈ ਕੇ ਆਈ ਸੀਗੀ। ਜਦੋਂ ਇਹ ਕੀ ਆ ਵਿਚਾਰੀ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਇਸ ਪਾਰਟੀ ਵੱਲੋਂ ਰਿਐਕਸ਼ਨ ਨਹੀਂ ਦਿੱਤਾ ਜਾਂਦਾ ਹੈਗਾ। ਜਿਹੜੀ ਇਹਦੇ ਵੱਡੇ ਲੀਡਰ ਨੇ, ਇਹੋ ਜਿਹੇ ਜਿਹੜੇ ਲੀਡਰਾਂ ਦੀ ਵੀਡੀਓ ਆਉਂਦੀਆਂ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਨਹੀਂ ਕਰਦੇ, ਇਹਦੇ ਨਾਲ ਆਮ ਆਦਮੀ ਪਾਰਟੀ ਤੇ ਨਾ ਪੱਖੀ ਪ੍ਰਭਾਵ ਨਹੀਂ ਜਾਂਦਾ ਹੈਗਾ। ਦਰਸ਼ਨ ਜੇ ਅਸੀਂ ਥੋੜਾ ਜਿਹਾ ਪਿੱਛੇ ਜਾਈਏ ਨਾ ਜੀ, 5-6 ਸਾਲ ਪਹਿਲਾਂ, 8 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਜੀ ਕਾਂਗਰਸ ਪਾਵਰ ਸੀਗੀ, ਜਦੋਂ ਵੀ ਕਦੇ ਉਹਨਾਂ ਦੇ ਕਿਸੇ ਮੰਤਰੀ ਦੇ ਖਿਲਾਫ਼, ਕਿਸੇ ਵੀ ਕਿਸੇ ਵੱਡੇ ਲੀਡਰ ਦੇ ਖਿਲਾਫ਼ ਕਰਪਸ਼ਨ ਦੀ ਜਾਂ ਇਹੋ ਜਿਹੀ ਕੋਈ ਗੱਲ ਆਉਂਦੀ ਸੀ ਨਾ, ਉਹ ਉਹਨੂੰ ਉਹਦੇ ਤੋਂ ਲਾ ਦਿੰਦੇ ਸੀ। ਹਾਂਜੀ ਹਾਂ। ਪਰ ਜਦੋਂ ਦੇ ਇਹ ਹੁਣ ਦਿੱਲੀ ਚ ਮੋਦੀ ਸਰਕਾਰ ਆਈ ਹੈ ਤੇ ਇੱਥੇ ਇਹ ਉਹਦੇ ਬਾਅਦ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਇੱਥੇ ਇਹਨਾਂ ਦੇ ਹੁਣ ਸਰਕਾਰੀ ਜਿਹੜੇ ਸੱਤਾਧਾਰੀ ਲੋਕ ਨੇ ਇਹਨਾਂ ਦੇ ਮੰਦਿਆਂ ਦੇ ਖਿਲਾਫ ਜਿੰਨੇ ਮਰਜ਼ੀ ਕੁਝ ਆਈ ਜਾਵੇ, ਇਹ ਨਾ ਪਾਰਟੀ ਚੋਂ ਕੱਢਦੇ ਨੇ ਨਾ ਉਹਦੇ ਤੋਂ ਥੱਲੇ ਲਾਉਂਦੇ ਨੇ। ਉਹਦਾ ਜਿਹੜਾ ਮਾੜਾ ਅਸਰ ਹੈ ਪਬਲਿਕ ਤੇ ਪੈ ਰਿਹਾ, ਚਾਹੇ ਉਹ ਬੀਜੇਪੀ ਹੋਏ ਤੇ ਚਾਹੇ ਉਹ ਹੋਵੇ ਆਮ ਆਦਮੀ ਪਾਰਟੀ, ਉਹ ਜਿਹੜੇ ਇਹਨਾਂ ਨੇ ਤੇ ਮਤਲਬ ਜਿੰਨੇ ਮਰਜ਼ੀ ਇਲਜ਼ਾਮ ਤੁਸੀਂ ਦੇਖੋ ਬੀਜੇਪੀ ਦੇ ਵਿੱਚ ਉਹ ਪਹਿਲਵਾਨ ਵਿਚਾਰੀਆਂ ਖਿਡਾਰਨਾ ਕਿੰਨੀਆਂ ਲੱਗੀਆਂ ਰਹੀਆਂ, ਪਰਵਾਹ ਨੀ ਕੀਤੀ, ਉਹ ਜੇ ਉਹਨੂੰ ਟਿਕਟ ਨਹੀਂ ਦਿੱਤੀ ਉਹਦੇ ਮੁੰਡੇ ਨੂੰ ਟਿਕਟ ਦੇ ਦਿੱਤੀ ਹੈ ਉਹਨਾਂ ਤੋਂ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਬਹੁਤ ਮਾੜੇ ਹਾਲਾਤ ਹੋ ਗਏ ਨੇ ਤੇ ਮੈਨੂੰ ਇਹ ਲੱਗਦਾ ਕਿ ਇਹਦਾ ਅਸਰ ਆਮ ਜਨਤਾ ਤੇ ਹੁੰਦਾ ਪਿਆ। ਲੋਕ ਉਹਨੇ ਗੱਲ ਕਰਦੇ ਨੇ ਕਿ ਚਲੋ ਉਹ ਜੇ ਤੁਸੀਂ ਇੱਕ ਵਾਰੀ ਉੱਤੇ ਇਲਜ਼ਾਮ ਏਡਾ ਮਤਲਬ ਲੱਗਾ, ਤੁਸੀਂ ਇੱਕ ਵਾਰੀ ਉਹਨੂੰ ਹਟਾਓ, ਜੇ ਉਹ ਝੂਠਾ ਸਾਬਤ ਹੋ ਜਾਏਗਾ ਵਧਾ ਦੁਬਾਰਾ ਬਣਾ ਲਈ ਉਹ। ਮਤਲਬ ਅਸੀਂ ਉਸ ਦੇਸ਼ ਦੇ ਲੋਕ ਆ ਕਿ ਲਾਲ ਬਹਾਦਰ ਸ਼ਾਸਤਰੀ ਰੇਲਵੇ ਮਿਨਿਸਟਰ ਸੀ, ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਰੇਲ ਦਾ ਜਿਹਦੇ 17 ਬੰਦੇ ਮਰੇ, ਉਹਨੇ ਉਹ ਅਸਤੀਫਾ ਦਿੱਤਾ ਰੇਲਵੇ ਮਿਨਿਸਟਰੀ ਤੋਂ ਕਿ ਮੈਂ ਜ਼ਿੰਮੇਵਾਰ ਹਾਂ। ਉਹਦੇ ਬਾਅਦ ਸਾਲ ਬਾਅਦ ਦੁਬਾਰਾ ਉਹਨੂੰ ਭਾਵੇਂ ਮੰਤਰੀ ਲਿਆ ਪੰਡਿਤ ਜਵਾਹਰ ਲਾਲ ਨਹਿਰੂ ਨੇ, ਉਹ ਕਿਰਦਾਰ ਖਤਮ ਹੋ ਗਏ ਨੇ ਪਾਰਟੀਆਂ ਦੇ ਕੀ ਤੇ ਆਪਣੇ ਲੀਡਰਾਂ ਦੇ ਕੀ, ਔਰ ਉਹਦਾ ਅਸਰ ਜਿਹੜਾ ਨਾ ਉਹ ਨਜ਼ਰ ਆਉਂਦਾ ਪਿਆ ਪੂਰੇ ਦੇਸ਼ ਚ ਨਜ਼ਰ ਆ ਰਿਹਾ ਇਸ ਚੀਜ਼ ਦਾ। ਇੱਕ ਤੁਹਾਡਾ ਬੰਦਾ ਸਾਫ਼ ਨਜ਼ਰ ਆ ਗਿਆ, ਵੀਡੀਓ ਆ ਗਈ ਹੈ, ਤੁਸੀਂ ਫਿਰ ਵੀ ਉਹਨੂੰ ਹਟਾਉਣਾ ਨਹੀਂ ਚਾਹੁੰਦੇ, ਤੋ ਇਸ ਚੀਜ਼ ਦਾ ਉਹਨਾਂ ਨੂੰ ਲੱਗਦਾ ਹੋਏਗਾ ਕਿ ਸ਼ਾਇਦ ਸਾਨੂੰ ਫਾਇਦਾ ਹੁੰਦਾ, ਪਰ ਨਹੀਂ, ਉਹਨਾਂ ਨੂੰ ਨੁਕਸਾਨ ਹੋ ਰਿਹਾ, ਚਾਹੇ ਉਹ ਬੀਜੇਪੀ ਹੈ ਚਾਹੇ ਉਹ ਆਮ ਆਦਮੀ ਪਾਰਟੀ। ਕੋਈ ਵੀ ਪਾਰਟੀ ਹੋਵੇ ਜਿਸ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ, ਅਸਲ ਦੇ ਵਿੱਚ ਜਿਹੜੇ ਇਹ ਲੀਡਰ ਹੁੰਦੇ ਨੇ ਸਾਡੇ ਵਾਸਤੇ ਆਦਰਸ਼ ਹੁੰਦੇ ਨੇ, ਸਾਡੇ ਅਸੀਂ ਇਹੀ ਕਹਿੰਦੇ ਹਾਂ ਕਿ ਇਹਨਾਂ ਲੀਡਰਾਂ ਦੇ ਅਨੁਸਾਰ ਅਸੀਂ ਚੱਲੀਏ, ਆਪਣਾ ਜੀਵਨ ਬਤੀਤ ਕਰੀਏ, ਜੇਕਰ ਇਹਨਾਂ ਦਾ ਜੀਵਨ ਹੀ ਇਸ ਤਰ੍ਹਾਂ ਦਾ ਹੋਊਗਾ ਤਾਂ ਇਹਦਾ ਆਮ ਲੋਕਾਂ ਤੇ ਗਲਤ ਅਸਰ ਪੈਣਾ ਹੀ ਪੈਣਾ। ਉਹ ਗੱਲ ਹੈ ਨਾ ਜੀ, ਇਹ ਹੁਣ ਡੋਰ ਟੂ ਡੋਰ ਜਾਣਾ ਹੋਏਗਾ ਤੇ ਲੋਕਾਂ ਨੇ ਘਰਾਂ ਚ ਨੀ ਵੜਨ ਦੇਣਾ ਇਹਨਾਂ ਨੂੰ। ਜੀ 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 ਜੀ। ਕਿ ਏਦਾਂ ਦਾ ਬੰਦਾ ਸੀ ਆਪਣੇ ਘਰ ਚ ਵਾੜੀਏ ਡੋਰ ਟੂ ਡੋਰ ਕਰਨ ਆਇਆ ਸਾਡੇ ਕੋਲ। ਤੇ ਇੱਕ ਮੈਨੂੰ ਹੋਰ ਦੱਸਿਓ ਵੀ ਜਿਵੇਂ ਚਰਨਜੀਤ ਸਿੰਘ ਚੰਨੀ ਇਸ ਸਮੇਂ ਚੋਣ ਮੈਦਾਨ ਚ ਨੇ, ਤੁਸੀਂ ਦੱਸਿਆ ਕਿ ਉਹਨਾਂ ਦੀ ਪੋਜੀਸ਼ਨ ਵੀ ਕਾਫੀ ਅੱਛੀ ਹੈ, ਪਿਛਲੇ ਦਿਨੀ ਜਦੋਂ ਸੰਤੋਖ ਸਿੰਘ ਚੌਧਰੀ ਉਹਨਾਂ ਦਾ ਪਰਿਵਾਰ ਕਾਂਗਰਸ ਤੋਂ ਨਾਰਾਜ਼ ਹੋ ਗਿਆ ਸੀਗਾ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ, ਉਸਦਾ ਅਸਰ ਕਾਂਗਰਸ ਤੇ ਹੈ ਕਿ ਨਹੀਂ ਹੈ? ਗੱਲ ਇਹ ਹੈ ਕਿ ਉਹਦਾ ਇੱਕ ਗੱਲ ਤੁਹਾਨੂੰ ਮੈਂ ਪੱਕੀ ਦੱਸ ਦਿੰਦਾ ਕਿ ਚੌਧਰੀ ਸੰਤੋਖ ਹਰਾਂ ਦਾ ਪਰਿਵਾਰ ਜਿਹੜਾ ਜਿੱਤਦਾ ਰਿਹਾ ਨਾ ਜੀ, ਜੀ ਜੀ, ਉਹ ਇੱਕ ਤਾਂ ਕਾਂਗਰਸ ਦਾ ਹੱਥ ਸੀਗਾ ਉਹਦੇ ਪਿੱਛੇ, ਦੂਜਾ ਚੌਧਰੀ ਸੰਤੋਖ ਜੀ ਹੋਣ ਜਾਂ ਚੌਧਰੀ ਜਗਜੀਤ ਜੀ ਹੋਣ, ਜਿਸ ਤਰ੍ਹਾਂ ਨਾਲ ਉਹ ਲੋਕਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਹਨਾਂ ਲੋਕਾਂ ਦੇ ਵਿੱਚ ਨਹੀਂ ਰਿਹਾ।
ਬਾਕੀ ਇਹ ਕਿ ਥੋੜਾ ਬਹੁਤ ਨੁਕਸਾਨ ਤਾਂ ਹੋਏਗਾ ਹੀ, ਕਿਉਂਕਿ ਮਾਸਟਰ ਗੁਰਵੰਤਾ ਸਿੰਘ ਦਾ ਪਰਿਵਾਰ ਹੈ, ਉਹ ਚੌਧਰੀ ਜਗਜੀਤ ਸਿੰਘ ਦਾ, ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਹੈ, ਥੋੜਾ ਬਹੁਤ ਤਾਂ ਫਰਕ ਉਹਦਾ ਚੰਨੀਅਰਾਂ ਨੂੰ ਪਏਗਾ, ਪਰ ਬਹੁਤ ਲੰਬਾ ਚੌੜਾ ਜਾਂ ਬਹੁਤ ਵੱਡਾ ਨਹੀਂ ਪੈਣਾ, ਕਿਉਂਕਿ ਅੱਜ ਕੱਲ ਲੋਕ ਨਾ ਪਾਰਟੀਆਂ ਨੂੰ ਦੇਖਣ ਲੱਗ ਪਏ ਨੇ, ਖਾਸ ਕਰਕੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ, ਔਰ ਉਹਦੇ ਚ 80% ਜਿਹੜਾ ਹੈ ਨਾ ਉਹ ਹੁੰਦਾ ਕਿ ਪਾਰਟੀ ਤੇ 20% ਹੁੰਦਾ ਕੈਂਡੀਡੇਟ। ਸੋ ਇੱਥੇ ਗੱਲ ਇਹ ਕਿ ਜਿਨ੍ਹਾਂ ਨੂੰ ਚੌਧਰੀ ਪਰਿਵਾਰ ਨਾਲ ਜਿਹੜੇ ਲੋਕ ਦਿਲੋਂ ਜੁੜੇ ਹੋਏ ਨੇ, ਉਹ ਤਾਂ ਦੇਖੋ ਚੰਨੀ ਸਾਹਿਬ ਦਾ ਨੁਕਸਾਨ ਕਰਨਗੇ, ਥੋੜਾ ਬਹੁਤ ਨੁਕਸਾਨ ਜ਼ਰੂਰ ਹੋਏਗਾ, ਪਰ ਅਦਰਵਾਈਜ਼ ਬਹੁਤ ਲੰਬਾ ਚੌੜਾ ਨੁਕਸਾਨ ਨਹੀਂ ਹੋਣਾ। ਇੱਕ ਸ਼ਰਮਾ ਜੀ, ਜਿਸ ਤਰੀਕੇ ਨਾਲ ਕਾਂਗਰਸ ਦਾ ਮਜ਼ਬੂਤ ਜਿਹੜਾ ਕੈਂਡੀਡੇਟ ਹੈ ਸਾਡੇ ਵੀ ਮਜ਼ਬੂਤ ਤੁਸੀਂ ਦੱਸ ਰਹੇ ਹੋ, ਜਿਵੇਂ ਮਿਸਟਰ ਸਿੰਘ ਕੇਪੀ ਵੀ ਕਾਂਗਰਸ ਦੇ ਵਿੱਚੋਂ ਹੀ ਆਏ ਨੇ ਤੇ ਉਹ ਵੀ ਜਿਹੜੇ ਹੈਗੇ ਨੁਕਸਾਨ ਨਹੀਂ ਪਹੁੰਚਾ ਰਹੇ ਹੈਗੇ? ਗੱਲ ਇਹ ਕਿ ਇਹ ਤਾਂ ਨਹੀਂ ਹੁੰਦਾ ਕਿ ਬਿਲਕੁਲ ਨੁਕਸਾਨ ਨਹੀਂ ਪਹੁੰਚਾ ਰਹੇ, ਕਿਉਂਕਿ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਵੀ ਰਹੇ ਨੇ ਔਰ ਅਸੈਂਬਲੀ ਦੇ ਮੈਂਬਰ ਵੀ ਰਹੇ ਨੇ, ਮਿਨਿਸਟਰ ਵੀ ਰਹੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਐਮਪੀ ਵੀ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਦੂਜੇ ਹਲਕੇ ਆਦਮਪੁਰ ਤੋਂ ਵੀ ਚੋਣ ਲੜੀ ਹੋਈ ਹੈ ਅਸੈਂਬਲੀ ਦੀ, ਦੋ ਹਲਕਿਆਂ ਨੂੰ ਉਹਨਾਂ ਨੇ ਰਿਪ੍ਰੇਜੈਂਟ ਕੀਤਾ ਹੋਇਆ, ਇਸ ਕਰਕੇ ਇਹ ਨਹੀਂ ਹੈਗਾ ਕਿ ਉਹਨਾਂ ਦਾ ਅਸਰ ਨਹੀਂ ਹੋਏਗਾ, ਪਰ ਕਿਉਂਕਿ ਪਾਰਟੀ ਜਿਹੜੀ ਕਿ ਉਹ ਚਲੇ ਗਏ ਨੇ ਉਹਦਾ ਇੱਕ ਤਾਂ ਸ਼ਹਿਰਾਂ ਚ ਆਧਾਰ ਹੈ ਨੀ, ਦੂਸਰਾ ਅੱਜ ਕੱਲ ਜਿਹੜਾ ਵੋਟਰ ਹੈ ਨਾ ਜੀ ਉਹ ਇੱਕ ਜ਼ਰੂਰ ਦੇਖਦਾ ਕਿ ਜਿੱਤ ਕੌਣ ਰਿਹਾ, ਜਿੱਤ ਕੌਣ ਸਕਦਾ, ਤੇ ਉਹ ਜਿਹੜਾ ਇੱਕ ਹੁੰਦਾ ਨਾ ਜੀ ਵਿਨਿੰਗ ਕੈਂਡੀਡੇਟ ਵੱਲ ਰੁਝਾਨ, ਉਹ 10-12% ਵੋਟ ਐਸੀ ਹੁੰਦੀ ਹੈ ਜਿਹੜੀ ਵਿਨਿੰਗ ਕੈਂਡੀਡੇਟ ਵੱਲ ਆਪਣੇ ਆਪ ਸ਼ਿਫਟ ਹੋ ਜਾਂਦੀ ਹੈ। ਸੋ ਇਸ ਵੇਲੇ ਕੇਪੀ ਸਾਹਿਬ ਦੇ ਸਮਰਥਕਾਂ ਨੂੰ ਜਦੋਂ ਇਹ ਲੱਗੇਗਾ ਕਿ ਇਹ ਜਿੱਤ ਨਹੀਂ ਸਕਦੇ ਨਾ, ਤੇ ਉਹ ਫਿਰ ਆਪਣੀ ਵੋਟ ਕੇਪੀ ਸਾਹਿਬ ਨੂੰ ਨਹੀਂ ਪਾਣਗੇ, ਪਰ ਇਹ ਨਹੀਂ ਹੈਗਾ ਕਿ ਬਿਲਕੁਲ ਉਹਦਾ ਅਸਰ ਨਹੀਂ ਹੋਏਗਾ, ਥੋੜੇ ਬਹੁਤ ਜਿਹੜੇ ਉਹਨਾਂ ਦੇ ਸੰਪਰਕ ਕਾਂਗਰਸ ਚ ਪੁਰਾਣੇ ਹੈਗੇ ਨੇ, ਹੁਣ 1-2 ਕੌਂਸਲਰ ਸੀਗੇ, ਐਕਸ ਕੌਂਸਲਰ ਬਲਵੀਰ ਚੌਹਾਨ ਸੀ, ਹੋਰ ਸੀ, ਉਹ ਪਾਰਟੀ ਛੱਡ ਕੇ ਨਾਲ ਹੀ ਚਲੇ ਗਏ ਨੇ ਅਕਾਲੀ ਦਲ ਦੇ ਅੰਦਰ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਥੋੜੇ ਜਿਹੜੀਆਂ ਪੋਕਟ ਹੁੰਦੀਆਂ ਨੇ ਉੱਥੋਂ ਥੋੜੇ ਥੋੜੇ ਵੋਟ ਲੈ ਜਾਣਗੇ, ਪਰ ਬਹੁਤ ਲੰਬਾ ਚੌੜਾ ਨਹੀਂ ਹੋਏਗਾ। ਪਿਛਲੀ ਜਿਹੜੀ ਜ਼ਿਮਨੀ ਚੋਣ ਸੀਗੀ ਅਕਾਲੀ ਦਲ ਤੀਜੇ ਸਥਾਨ ਤੇ ਰਿਹਾ ਸੀਗਾ ਜੀ, ਤੇ ਤੁਹਾਨੂੰ ਲੱਗਦਾ ਕਿ ਹੁਣ ਜਿਹੜੀ ਇਹਦੀ ਵੋਟ ਜਿਹੜੀ ਹੈਗੀ ਹੈ ਉਹਦੇ ਤੇ ਇੰਪਰੂਵਮੈਂਟ ਆਏਗੀ? ਗੱਲ ਨਹੀਂ, ਹੁਣ ਤੀਜੇ ਤੇ ਚੌਥੇ ਤੇ ਪੰਜਵੇਂ ਇਹਨਾਂ ਤਿੰਨਾਂ ਦੇ ਵਿੱਚ ਲੜਾਈ ਜੇ ਬਰਾਬਰ, ਇਹ ਤਿੰਨਾਂ ਚੋਂ ਕੌਣ ਤੀਜੇ ਤੇ ਆ ਜਾਏਗਾ ਕਹਿ ਨਹੀਂ ਸਕਦੇ, ਕਿਉਂਕਿ ਐਤਕੀ ਬੀਜੇਪੀ ਨੇ ਜ਼ੋਰ ਬਹੁਤ ਜ਼ਿਆਦਾ ਲਾਇਆ ਹੋਇਆ, ਬੀਜੇਪੀ ਇਸ ਵੇਲੇ ਸਾਰੀ ਉਹਨਾਂ ਦੀ ਲੀਡਰਸ਼ਿਪ ਇੱਥੇ ਆ ਕੇ ਬੈਠੀ ਹੋਈ ਹੈ, ਬੇਸ਼ੱਕ ਆਰਐਸਐਸ ਨਹੀਂ ਕੰਮ ਕਰ ਰਹੀ ਪਰ ਬੀਜੇਪੀ ਬਹੁਤ ਐਕਟਿਵ ਹੈ, ਉਹ ਖਰਚ ਵੀ ਕਰ ਰਹੇ ਨੇ, ਸਭ ਤੋਂ ਵੱਧ ਵੋਟ ਬੈਨਰ ਤੁਹਾਨੂੰ ਬੀਜੇਪੀ ਦੇ ਨਜ਼ਰ ਆਣਗੇ। ਔਰ ਇੱਕ ਦੂਜਾ ਉਹਨਾਂ ਨੇ ਬੀਜੇਪੀ ਨੇ ਕੀ ਕੀਤਾ, ਜਿਹੜੇ ਬੀਜੇਪੀ ਦੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਉਹਨਾਂ ਨੇ ਕਹਿਤਾ ਕਿ ਜੇ ਤੁਹਾਡਾ ਕੰਸਟੀਚੁਐਂਸੀ ਨਾ ਜਿੱਤੀ ਨਾ, ਤੁਹਾਡਾ ਹਲਕਾ ਨਾ ਜਿੱਤਿਆ ਤੇ ਅਸੀਂ 2027 ਤੁਹਾਨੂੰ ਟਿਕਟ ਨਹੀਂ ਦੇਣੀ। ਇਸ ਕਰਕੇ ਬੀਜੇਪੀ ਵਾਲੇ ਬਹੁਤ ਜ਼ਿਆਦਾ ਜ਼ੋਰ ਲਾਉਂਦੇ ਪਏ ਨੇ, ਜਿਹੜੇ ਲੋਕ ਨੇ ਉਹ ਜਾ ਕੇ ਲੋਕਾਂ ਨੂੰ ਕਹਿੰਦੇ ਨੇ ਯਾਰ ਤੁਸੀਂ ਮੇਰਾ ਹਲਕਾ ਜਿਤਾ ਦਿਓ, ਉਂਝ ਭਾਵੇਂ ਰਿੰਕੂ ਜਿੱਤੇ ਨਾ ਜਿੱਤੇ, ਨਹੀਂ ਤਾਂ ਮੇਰਾ ਕੰਮ ਖਰਾਬ ਹੋ ਜਾਣਾ। ਸੋ ਇਸ ਕਰਕੇ ਇਹ ਬੀਜੇਪੀ ਪੂਰਾ ਜ਼ੋਰ ਲਾ ਰਹੀ ਹੈ, ਉਹਦੇ ਕਰਕੇ ਥੋੜਾ ਜਿਹਾ ਬੀਜੇਪੀ ਹੋ ਸਕਦਾ ਕਿ ਤੀਜੇ ਨੰਬਰ ਤੇ ਆ ਜਾਵੇ, ਬਾਕੀ ਤੀਜੇ ਚੌਥੇ ਤੇ ਪੰਜਵੇਂ ਨੰਬਰ ਲਈ ਇਹਨਾਂ ਤਿੰਨਾਂ ਚ ਲੜਾਈ ਹੈ, ਬੀਜੇਪੀ ਚ ਵੀ, ਅਕਾਲੀ ਦਲ ਚ ਵੀ ਤੇ ਆਪਣਾ ਬੀਐਸਪੀ ਚ ਵੀ। ਸ਼ਰਮਾ ਜੀ ਇਹ ਦੱਸਿਓ ਕਿ ਇਸ ਵਾਰ ਜਿਵੇਂ ਪਹਿਲਾਂ ਹੁੰਦੀ ਸੀ ਚੋਣਾਂ
ਉਹਦੇ ਵਿੱਚ ਜਦੋਂ ਜਿੱਤ ਹਾਰ ਦਾ ਜਿਹੜਾ ਮਾਰਜਨ ਹੁੰਦਾ ਸੀ ਲੱਖਾਂ ਦੇ ਵਿੱਚ ਹੁੰਦਾ ਸੀਗਾ, ਇਸ ਵਾਰ ਕਿੰਨੇ ਕੁ ਮਾਰਜਨ ਦੀ ਮਤਲਬ ਸੰਭਾਵਨਾ ਵੀ ਇੰਨੇ ਕੁ ਮਾਰਜਨ ਦੇ ਨਾਲ ਕੋਈ ਜਿੱਤ ਹਾਰ ਹੋਊਗੀ? ਦੇਖੋ ਗਰਾਊਂਡ ਚ ਰਿਐਲਿਟੀ ਵੈਸੇ ਤਾਂ ਲੋਕਾਂ ਕੁਛ ਪਤਾ ਨੀ ਹੁੰਦਾ, ਕਈ ਵਾਰੀ ਬੜੇ ਚੌਂਕਾਉਣ ਵਾਲੇ ਨਤੀਜੇ ਵੀ ਆ ਜਾਂਦੇ ਨੇ, ਪਰ ਜੇ ਅੱਜ ਆਪਾਂ ਆਮ ਲੋਕਾਂ ਦੀ ਗੱਲ ਸੁਣੀਏ ਤੇ ਮੈਨੂੰ ਇਹ ਲੱਗਦਾ ਪਿਆ ਕਿ ਜਿਹੜੀ ਵੋਟ ਦਾ ਮਾਰਜਨ ਹੈ ਉਹ ਚੰਨੀ ਵਾਰਾਂ ਦੇ ਪੱਖ ਦੇ ਵਿੱਚ 60-70 ਹਜ਼ਾਰ ਤੋਂ ਉੱਪਰ ਦਾ ਮਾਰਜਨ ਨਜ਼ਰ ਆ ਰਿਹਾ ਅੱਜ ਦੀ ਤਰੀਕ ਚ। ਕੱਲ ਨੂੰ ਕੁਛ ਫਰਕ ਵੀ ਪੈ ਸਕਦਾ, ਮਤਲਬ ਮੇਰੇ ਹਿਸਾਬ ਨਾਲ ਇਹ ਵੱਧ ਸਕਦਾ, ਘਟਣਾ ਨੀ ਹੈਗਾ। ਸ਼ਰਮਾ ਜੀ ਇੱਕ ਹੋਰ ਦੱਸਿਓ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਪ੍ਰਮੁੱਖ ਮੁੱਦੇ ਸੀਗੇ ਉਹਨਾਂ ਵਿੱਚੋਂ ਇੱਕ ਨਸ਼ਾ ਬਹੁਤ ਵੱਡਾ ਮੁੱਦਾ ਸੀਗਾ, ਜਲੰਧਰ ਦੇ ਵਿੱਚ ਇਸ ਮੁੱਦੇ ਨੇ ਕੋਈ ਕੰਮ ਕੀਤਾ? ਨਹੀਂ, ਇਹ ਮੁੱਦਾ ਕਿਤੇ ਇਲੈਕਸ਼ਨ ਤੋਂ ਨਜ਼ਰ ਨਹੀਂ ਆ ਰਿਹਾ, ਹਾਲਾਂਕਿ ਕਾਂਗਰਸ ਵਾਲੇ ਇਹ ਮੁੱਦਾ ਚੁੱਕ ਰਹੇ ਨੇ। ਜੀ ਜੀ, ਨਸ਼ਾ ਵਿਕ ਰਿਹਾ, ਲਾਟਰੀ ਦੀਆਂ ਦੁਕਾਨਾਂ ਖੁੱਲ ਰਹੀਆਂ ਨੇ, ਜੂਏ ਹੋ ਰਹੇ ਨੇ, ਕਾਂਗਰਸ ਵਾਲੇ ਇਹ ਮੁੱਦਾ ਚੁੱਕ ਜ਼ਰੂਰ ਰਹੇ ਨੇ, ਪਰ ਲੋਕ ਇਹ ਦੇਖਦੇ ਨੇ ਕਿ ਜਿਹੜੀ 10 ਸਾਲ ਦੀ ਸਰਕਾਰ ਰਹੀ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦੀ, ਨਸ਼ਾ ਉਹਦੇ ਚ ਵੀ ਵਿਕਦਾ ਸੀ, ਫਿਰ ਕਾਂਗਰਸ ਦੀ ਆ ਗਈ 5 ਸਾਲ ਦੀ, ਨਸ਼ਾ ਉਹਦੇ ਚ ਵੀ ਵਿਕਦਾ ਸੀ, ਹੁਣ ਆਮ ਆਦਮੀ ਪਾਰਟੀ ਨੂੰ ਹੋ ਗਏ 2.5 ਸਾਲ, ਨਸ਼ਾ ਇਹਦੇ ਚ ਵੀ ਵਿਕੀ ਜਾਂਦਾ ਪਿਆ। ਇਸ ਕਰਕੇ ਲੋਕਾਂ ਚ ਮੁੱਦਾ ਨਹੀਂ ਹੈਗਾ, ਪਾਰਟੀਆਂ ਮੁੱਦਾ ਬਣਾ ਰਹੀਆਂ ਨੇ, ਕਾਂਗਰਸ ਨੇ ਹੀ ਇਹ ਮੁੱਦਾ ਬਣਾਇਆ ਹੋਇਆ ਸਭ ਤੋਂ ਵੱਡਾ ਇਸ ਵੇਲੇ ਕਿ ਤੁਸੀਂ ਨਸ਼ੇ ਨੂੰ ਰੋਕਿਆ ਨਹੀਂ। ਉਹ ਫਿਰ ਲੋਕ ਸਵਾਲ ਕਰਦੇ ਨੇ ਤੁਸੀਂ ਕਿਹੜਾ ਰੋਕ ਲਿਆ ਸੀ, ਇਸ ਕਰਕੇ ਇਹ ਲੋਕਾਂ ਚ ਮੁੱਦਾ ਨਹੀਂ ਹੈਗਾ, ਪਰ ਸਟੇਜਾਂ ਤੇ ਮੁੱਦਾ ਹੈਗਾ ਨਸ਼ੇ ਦਾ। ਤੇ ਮੈਨੂੰ ਇੱਕ ਸ਼ਰਮਾ ਜੀ ਇਹ ਵੀ ਦੱਸਿਓ, ਜਿਹੜੀ 300 ਯੂਨਿਟ ਮਾਫ ਕੀਤੀ ਸੀ ਬਿਜਲੀ, ਉਹ ਤਾਂ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ? ਹੋ ਰਿਹਾ, ਉਹਦਾ ਫਾਇਦਾ ਹੋ ਰਿਹਾ, ਕਿਉਂਕਿ ਜਿਹੜੇ ਗਰਾਊਂਡ ਤੇ ਗਰੀਬ ਲੋਕ ਨੇ ਨਾ ਜੀ, ਉਹ ਬਹੁਤ ਖੁਸ਼ ਨੇ ਔਰ ਅਜੇ ਉਹਦਾ ਫਾਇਦਾ ਹੋ ਰਿਹਾ। ਪਲੱਸ ਜਿਹੜਾ ਮੁੱਖ ਮੰਤਰੀ ਨੇ ਕਹਿਤਾ ਕਿ ਮੈਂ ਅਕਤੂਬਰ ਜਾ ਕੇ 1000 ਰੁਪਇਆ ਵੀ ਤੁਹਾਨੂੰ ਪਾ ਦਿਆਂਗਾ, ਉਹਦਾ ਵੀ ਫਾਇਦਾ ਥੋੜਾ ਬਹੁਤ ਆਮ ਆਦਮੀ ਪਾਰਟੀ ਨੂੰ ਮਿਲਦਾ ਹੋਇਆ। ਤੇ ਜੇਕਰ ਇਸ ਚੀਜ਼ ਦਾ ਫਾਇਦਾ ਹੈਗਾ ਤੇ ਨਾਲ ਇਹ ਵੀ ਹੈ ਕਿ ਲੋਕਾਂ ਦੇ ਵਿੱਚ ਇਸ ਗੱਲ ਦਾ ਵੀ ਪ੍ਰਭਾਵ ਹੈ ਵੀ ਇਹ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਦਿੱਲੀ ਦੇ ਇਸ਼ਾਰੇ ਦੀ ਚੱਲਦੀ ਹੈ। ਉਹ ਗੱਲ ਇਹ ਪ੍ਰਚਾਰ ਜ਼ਰੂਰ ਇਹ ਕੀਤਾ ਜਾਂਦਾ ਵਿਰੋਧੀ ਪਾਰਟੀਆਂ ਵੱਲੋਂ, ਬੀਜੇਪੀ ਵੱਲੋਂ, ਪਰ ਇਹ ਆਮ ਲੋਕਾਂ ਚ ਮੁੱਦਾ ਨੀ, ਕਿਉਂਕਿ ਜਿਹੜਾ ਜੇ ਤੁਸੀਂ ਆਪਾਂ ਓਵਰਆਲ ਦੇਖੀਏ ਨਾ ਜੀ, ਦੇਸ਼ ਦੇ ਅੰਦਰ ਜਿਹੜੀ ਪਰਸੈਂਟੇਜ ਹੈ ਵੋਟਿੰਗ ਦੀ ਉਹ ਘਟਦੀ ਪਈ ਹੈ, ਉਹ ਜਿਹੜੀ ਘਟ ਰਹੀ ਹੈ ਨਾ ਉਹਦੇ ਚ ਇਹ ਹੈ ਕਿ ਜਿਹੜਾ ਅਮੀਰ ਆਦਮੀ ਹੈ, ਜਿਹੜਾ ਬਿਊਰੋਕਰੇਟ ਹੈ, ਜਿਹੜਾ ਸਫੇਦ ਪੋਸ਼ ਹੈ, ਉਹ ਨੀ ਜਾਂਦਾ ਪਿਆ ਵੋਟ ਪਾਉਣ ਵਾਸਤੇ। ਇਹ ਮੁੱਦੇ ਉਹਦੇ ਨਜ਼ਰਾਂ ਚ ਹੋ ਸਕਦੇ ਨੇ, ਜਿਹੜਾ ਗਰੀਬ ਆਦਮੀ ਉਹ ਵੋਟ ਪਾਉਣ ਜਾਂਦਾ, ਗਰੀਬ ਆਦਮੀ ਨੇ ਇਸ ਗੱਲ ਤੋਂ ਕੁਛ ਨੀ ਲੈਣਾ ਦੇਣਾ ਸਰਕਾਰ ਕਿਹਦੇ ਇਸ਼ਾਰੇ ਤੇ ਚੱਲਦੀ ਹੈ ਕਿਹਦੇ ਤੇ ਨਹੀਂ ਚੱਲਦੀ। ਗਰੀਬ ਆਦਮੀ ਇਹ ਦੇਖਦਾ ਪਿਆ ਮੈਨੂੰ ਬਿਜਲੀ ਫ੍ਰੀ ਮਿਲਦੀ ਪਈ ਹੈ, ਗਰੀਬ ਆਦਮੀ ਇਹ ਦੇਖਦਾ ਪਿਆ ਮੈਨੂੰ 1000 ਰੁਪਇਆ ਮਹੀਨਾ ਵੀ ਸ਼ਾਇਦ ਮਿਲ ਜਾਏਗਾ। ਉਸ ਕਰਕੇ ਜਿਹੜਾ ਉਹ ਵੋਟਰ ਹੈ ਨਾ ਉਹ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਹੈਗਾ। ਬਾਕੀ ਲੋਕਲ ਕਈ ਚੀਜ਼ਾਂ ਐਸੀਆਂ ਨੇ, ਕਾਰਪੋਰੇਸ਼ਨਾਂ ਦੇ ਕੰਮ ਨੇ, ਜਿਹੜੇ ਮਿਊਨਸਪੈਲਿਟੀਆਂ ਦੇ ਕੰਮ ਨੇ, ਉਹ ਬਹੁਤੇ ਨਹੀਂ ਹੁੰਦੇ ਪਏ, ਉਹ ਸਫਾਈ ਠੀਕ ਨਹੀਂ ਹੋ ਰਹੀ, ਸਫਾਈ ਕਰਮਚਾਰੀ ਭਰਤੀ ਨਹੀਂ ਹੋਏ, ਸੀਵਰ ਨਹੀਂ ਸਾਫ਼ ਹੁੰਦੇ ਪਏ। ਉਸ ਕਰਕੇ ਜਿਹੜੇ ਕਲੋਨੀਆਂ ਚ ਲੋਕਾਂ ਦੇ ਮਨਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਰੋਸ ਹੈਗਾ, ਪਰ ਉਹ ਰੋਸ ਦੇ ਨਾਲ ਜਿਹੜਾ ਉਹਨਾਂ ਨੂੰ ਇਹ ਹੈ ਕਿ ਸਾਨੂੰ ਬਿਜਲੀ ਫ੍ਰੀ ਮਿਲੀ ਹੋਈ ਹੈ। ਅੱਛਾ, ਦੂਜਾ ਇੱਕ ਜਿਹੜੇ ਇਹਨਾਂ ਨੇ ਮੱਲਾ ਕਲੀਨਿਕ ਖੋਲੇ ਨੇ, ਉਹ ਵੀ ਜਿਹੜੇ ਗਰੀਬ ਬਸਤੀਆਂ ਖੋਲੇ ਨੇ, ਉੱਥੇ ਵੀ ਲੋਕਾਂ ਨੂੰ ਫਾਇਦਾ ਉਹਨਾਂ ਦਾ ਮਿਲਦਾ ਪਿਆ, ਟੈਸਟ ਫ੍ਰੀ ਹੋ ਜਾਂਦੇ ਨੇ, ਦਵਾਈ ਫ੍ਰੀ ਮਿਲ ਜਾਂਦੀ ਹੈ,
ਤੇ ਓਹਦੇ ਕਰਕੇ ਵੀ ਆਮ ਆਦਮੀ ਪਾਰਟੀ ਨੂੰ ਥੱਲੜੇ ਦੀ ਨੀਵਾਂ ਵੋਟ ਹੈ ਨਾ ਜਿਹੜਾ ਗਰੀਬ ਆਦਮੀ ਦਾ, ਉਹ ਅਜੇ ਵੀ ਆਮ ਆਦਮੀ ਪਾਰਟੀ ਨੂੰ ਓਹਦਾ ਫਾਇਦਾ ਮਿਲਦਾ ਪਿਆ। ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੀ ਜਲੰਧਰ ਲੋਕ ਸਭਾ ਹਲਕੇ ਦੀ ਇੱਕ ਇੱਕ ਜਿਹੜੀ ਗੱਲ ਦੱਸੀ ਹੈ, ਤੁਸੀਂ ਗਰਾਊਂਡ ਰਿਪੋਰਟ ਦਿੱਤੀ ਹੈ ਤੇ ਕਦੇ ਕਦੇ ਉਮੀਦਵਾਰ ਬਾਰੇ ਦੱਸਿਆ ਵੀ ਕਿੰਨੇ ਪਾਣੀ ਦੇ ਵਿੱਚ ਹੈ, ਤੇ ਜੇ ਕੋਈ ਫੇਰ ਅਪਡੇਟ ਹੋਊਗੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸ਼ੁਕਰੀਆ, ਮਿਹਰਬਾਨੀ। ਸੋ ਦਰਸ਼ਕੋ, ਤੁਸੀਂ ਇਹ ਸਾਰੀ ਗੱਲਬਾਤ ਸੁਣੀ ਹੈ ਤੇ ਉਸ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਜਲੰਧਰ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਨੇ, ਤੇ ਅਸਲ ਪਤਾ ਤਾਂ 4 ਤਰੀਕ ਨੂੰ ਲੱਗੂਗਾ, ਪਰ ਫਿਰ ਵੀ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਆਖਿਰਕਾਰ ਕਿਹੜਾ ਉਮੀਦਵਾਰ ਕਿੰਨੇ ਕੁ ਪਾਣੀ ਦੇ ਵਿੱਚ ਹੈ। ਅਤੇ ਕੱਲ੍ਹ ਨੂੰ ਚੋਣ ਪ੍ਰਚਾਰ ਦਾ ਅਖੀਰਲਾ ਦਿਨ ਹੈ, ਇਸ ਸੰਬੰਧ ਵਿੱਚ ਜਿਹੜੀ ਆਖਰੀ ਰਿਪੋਰਟ ਅਸੀਂ ਪੇਸ਼ ਕਰਾਂਗੇ, ਅਤੇ ਨਾਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਸ਼ਲੇਸ਼ਣ ਹੁੰਦੇ ਰਹਿਣਗੇ। ਉਦੋਂ ਤੱਕ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।